ਅੱਜ ਦੇ ਟਾਈਮ ਵਿੱਚ ਨਾ ਤੇ ਸਾਨੂੰ ਗਾਇਕਾਂ ਦੀ ਕਮੀ ਹੈ ਤੇ ਨਾ ਹੀ ਗੀਤਾਂ ਦੀ। ਹਰ ਦਿਨ ਨਵੇਂ ਗੀਤਾਂ ਦੀ ਸਮਝੋ ਹਨੇਰੀ ਜੀ ਆ ਰਹੀ ਹੈ, ਪਰ ਕਈ ਵਾਰ ਕੋਈ ਇੱਕ ਗਾਇਕ ਤੇ ਉਸਦੇ ਗੀਤ ਸਾਨੂੰ ਇੰਨੇ ਅਜ਼ੀਜ਼ ਹੋ ਜਾਂਦੇ ਨੇ ਕਿ ਦੁਨੀਆਂ ਦਾ ਹਰ ਗੀਤ ਉਹਦੇ ਸਾਹਮਣੇ ਫਿੱਕਾ ਨਜ਼ਰ ਆਉਂਦਾ। ਪਰ ਜਿਵੇਂ ਕਿ ਜ਼ਿੰਦਗੀ ਦਾ ਦਸਤੂਰ ਹੈ ਕਿ ਜਿਹੜੀ ਚੀਜ਼ ਸਾਨੂੰ ਸਭ ਤੋਂ ਵੱਧ ਪਿਆਰੀ ਹੋਵੇ ਉਹੀ ਸਾਡੇ ਤੋਂ ਦੂਰ ਹੋ ਜਾਂਦੀ ਹੈ। ਰੱਬ ਨੇ ਉਹੀ ਕੀਤਾ ਸਾਡੇ ਨਾਲ, ਜਿਹੜੇ ਗਾਇਕਾਂ ਨਾਲ ਅਸੀਂ ਬੇਇੰਤਹਾ ਮੁਹੱਬਤ ਕੀਤੀ, ਰੱਬ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਸਾਡੇ ਕੋਲੋਂ ਖੋਲਿਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹਨਾਂ ਹੀ ਗਾਇਕਾਂ ਦਾ ਜ਼ਿਕਰ ਕਰਾਂਗੇ। ਜੇ ਤੁਸੀਂ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਵੋ, ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜ਼ਰਾ ਕਮੈਂਟ ਸੈਕਸ਼ਨ ਵਿੱਚ ਇਹ ਲਿਖ ਕੇ ਦੱਸੋ ਵੀ ਦੁਨੀਆਂ ਤੋਂ ਜਾ ਚੁੱਕੇ ਗਾਇਕਾਂ ਵਿੱਚੋਂ ਕਿਹੜੇ ਗਾਇਕ ਨੂੰ ਤੁਸੀਂ ਸਭ ਤੋਂ ਵੱਧ ਮਿਸ ਕਰਦੇ ਹੋ। ਰਾਜ ਬਰਾੜ ਨਾ ਸਿਰਫ ਇੱਕ ਮਹਾਨ ਗਾਇਕ ਸਨ ਬਲਕਿ ਇੱਕ ਕਮਾਲ ਦੇ ਅਦਾਕਾਰ, ਮਿਊਜ਼ਿਕ ਡਾਇਰੈਕਟਰ ਤੇ ਲਿਰਿਸਿਸਟ ਵੀ ਸਨ। ਹਰਭਜਨ ਮਾਨ ਦਾ ਤੇਰੀ ਭਿੱਜ ਗਈ ਕੁੜਤੀ, ਲਾਲ ਪਸੀਨੇ ਨਾਲ ਕੁੜੇ ਗੀਤ ਲਿਖਣ ਤੋਂ ਇਲਾਵਾ ਉਹ ਸੁਰਜੀਤ ਬਿੰਦਰਕੀਆ, ਸਤਵਿੰਦਰ ਬਿੱਟੀ, ਹੰਸਰਾਜ ਹੰਸ, ਸਰਦੂਲ ਸਿਕੰਦਰ, ਮੁਹੰਮਦ ਸਦੀਕ, ਕੁਲਦੀਪ ਮਾਣਕ ਤੇ ਅਮਰਿੰਦਰ ਗਿੱਲ ਵਰਗੇ ਆਈਕੋਨਿਕ ਆਰਟਿਸਟ ਤੇ ਲੈਜੈਂਡਸ ਲਈ ਗੀਤ ਲਿਖ ਚੁੱਕੇ ਨੇ। ਸਰਪੰਚੀ, ਨਾਗ ਦੀ ਬੱਚੀ ਤੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਵਰਗੇ ਗੀਤ ਅੱਜ ਵੀ ਭੁਲਾਇਆ ਨਹੀਂ ਭੁੱਲਦੇ। 31 ਦਸੰਬਰ 2016 ਨੂੰ ਇਹ ਲੈਜੈਂਡਰੀ ਆਰਟਿਸਟ ਸਾਡੇ ਤੋਂ ਦੂਰ ਹੋ ਗਿਆ, ਪਰ ਉਹਨਾਂ ਦੀ ਸਪੁੱਤਰੀ ਸਵੀਤਾਜ ਬਰਾੜ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੀ ਨਜ਼ਰ ਆ ਰਹੀ। ਇਹੋ ਜਿਹਾ ਨਜ਼ਾਰਾ ਨਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ। ਸਾਬਰਕੋਟੀ ਦੇ ਵੱਡੇ ਪ੍ਰਾਣੇ ਆਪਣਾ ਤਬਲਾ ਵੇਚ ਕੇ ਕੋਟੀ ਸਾਹਿਬ ਨੂੰ ਹਾਰਮੋਨੀਅਮ ਲੈ ਕੇ ਦਿੱਤਾ ਸੀ ਤਾਂ ਕਿ ਉਹਨਾਂ ਦਾ ਗਾਇਕ ਬਣਨ ਦਾ ਸੁਪਨਾ ਪੂਰਾ ਹੋ ਸਕੇ। ਇੱਕ ਟਾਈਮ ਉਹ ਸੀ ਜਦੋਂ ਪੰਜਾਬ ਦਾ ਕੋਈ ਵੀ ਰਿਕਾਰਡ ਲੇਬਲ ਸਾਬਰਕੋਟੀ ਤੇ ਪੈਸਾ ਲਾਉਣ ਨੂੰ ਤਿਆਰ ਨਹੀਂ ਸੀ, ਤੇ ਫਿਰ ਇੱਕ ਉਹ ਟਾਈਮ ਆਇਆ ਜਦੋਂ ਪੂਰਾ ਪੰਜਾਬ ਸਾਬਰਕੋਟੀ ਦਾ ਦੀਵਾਨਾ ਹੋ ਗਿਆ। ਤੁਸੀਂ ਮੌਸਮ ਵਾਂਗੂ ਬਦਲ ਗਏ ਜੀ, ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਤੈਨੂੰ ਕੀ ਦੱਸੀਏ ਅਸੀਂ ਧੁਰ ਅੰਦਰ ਤੱਕ ਲੀਰਾਂ ਹੋਏ ਬੈਠੇ ਹਾਂ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਵਰਗੇ ਗੀਤ ਸਾਡੇ ਦਿਲਾਂ ਦੀ ਪਲੇਲਿਸਟ ਵਿੱਚ ਅੱਜ ਵੀ ਜੜੇ ਬੈਠੇ ਨੇ। ਸੂਫੀ ਗਾਇਕੀ ਦੇ ਇਸ ਹੀਰੇ ਨੂੰ ਅਸੀਂ ਸਾਲ 2018 ਵਿੱਚ ਹਮੇਸ਼ਾ ਲਈ ਗਵਾ ਦਿੱਤਾ। ਪੰਜਾਬ ਦੇ ਬਿਲਾਸਪੁਰ ਪਿੰਡ ਤੋਂ ਮਿਡ 90s ਵਿੱਚ ਕੈਨੇਡਾ ਸ਼ਿਫਟ ਹੋਏ ਸੋਨੀ ਪਾਵਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2002 ਵਿੱਚ ਪਲੈਨਟ ਰੈਕਾਰਡਸ ਨਾਲ ਕੀਤੀ, ਪਰ ਅਸਲੀ ਜਾਦੂ ਉਦੋਂ ਹੋਇਆ ਜਦੋਂ ਸੋਨੀ ਪਾਵਲਾ ਨੇ ਆਪਣੀ ਦੂਜੀ ਐਲਬਮ ਗੱਲ ਦਿਲ ਦੀ ਵਿੱਚ ਸੁਖਸ਼ਿੰਦਰ ਸ਼ਿੰਦਾ ਨਾਲ ਕੋਲੈਬੋਰੇਟ ਕੀਤਾ। ਇਸ ਐਲਬਮ ਦਾ ਟਾਈਟਲ ਟਰੈਕ ਸੋਹਣਿਓ ਨਰਾਜ਼ਗੀ ਤੇ ਨਹੀਂ, ਜਿੱਥੇ ਅੱਜ ਵੀ ਉਸੇ ਤਰ੍ਹਾਂ ਨਵਾਂ ਤੇ ਫਰੈਸ਼ ਹੈ, ਉੱਥੇ ਇਹ ਉਹੀ ਗੀਤ ਸੀ ਜਿਸ ਨੂੰ ਗਾ ਕੇ ਸੋਨੀ ਪਾਵਲਾ ਆਪਣੇ ਬ੍ਰੈਂਪਟਨ ਸ਼ੋਅ ਵਿੱਚ ਸਟੇਜ ਤੋਂ ਥੱਲੇ ਪਾਣੀ ਪੀਣ ਲਈ ਗਏ, ਪਰ ਫਿਰ ਕਦੇ ਵੀ ਉੱਤੇ ਨਹੀਂ ਚੜ ਪਾਏ। ਉੱਥੇ ਹੀ ਦਿਲ ਦਾ ਦੌਰਾ ਪੈਣ ਨਾਲ ਮਹਿਜ਼ 30 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ। ਦੁਪੱਟਾ ਤੇਰਾ 7 ਰੰਗ ਦਾ, ਲੱਕ ਟੂਨੂ ਟੂਨੂ, ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਨੀ ਤੂੰ ਜੱਟ ਦੀ ਪਸੰਦ, ਤੇਰੇ 'ਚ ਤੇਰਾ ਯਾਰ ਬੋਲਦਾ ਵਰਗੇ ਦਰਜਨਾਂ ਰਿਕਾਰਡ ਬ੍ਰੇਕਿੰਗ ਗੀਤ ਗਾਉਣ ਵਾਲੇ ਪੰਜਾਬ ਦੇ ਸਭ ਤੋਂ ਵੱਡੇ ਸੁਪਰਸਟਾਰ ਸੁਰਜੀਤ ਬਿੰਦਰਕੀਆ ਪੰਜਾਬੀ ਮਿਊਜ਼ਿਕ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਲੈ ਕੇ ਗਏ, ਤੇ ਉਹਨਾਂ ਦੇ ਬਣਾਏ ਹੋਏ ਰਿਕਾਰਡ ਅੱਜ ਤੱਕ ਵੀ ਕੋਈ ਪੰਜਾਬੀ ਗਾਇਕ ਨਹੀਂ ਤੋੜ ਪਾਇਆ। ਜੱਟ ਜਿਉਣਾ ਮੋੜ, ਬਦਲਾ ਜੱਟੀ ਦਾ ਤੇ ਕਚਹਿਰੀ ਵਰਗੀਆਂ ਅਨੇਕਾਂ ਸੁਪਰ ਹਿੱਟ ਫਿਲਮਾਂ ਲਈ ਪਲੇਬੈਕ ਸਿੰਗਿੰਗ ਕਰਨ ਵਾਲੇ ਸੁਰਜੀਤ ਬਿੰਦਰਕੀਆ ਮਹਿਜ਼ 41 ਸਾਲ ਦੀ ਉਮਰ ਵਿੱਚ 17 ਨਵੰਬਰ 2003 ਨੂੰ ਅਕਾਲ ਚਲਾਣਾ ਕਰ ਗਏ। ਸੰਤੋਖ ਸਿੰਘ ਤੋਂ ਬਣੇ ਕਾਕਾ ਭੈਣੀਆਂ ਵਾਲਾ ਬੜੇ ਹੀ ਗਰੀਬ ਪਰਿਵਾਰ ਵਿੱਚ ਜੰਮੇ ਤੇ ਪਲੇ, 5ਵੀਂ ਕਲਾਸ ਤੋਂ ਬਾਅਦ ਹੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਦਾਂ ਹੀ ਕਰਦੇ ਕਰਦੇ ਮਿਊਜ਼ਿਕ ਇੰਡਸਟਰੀ ਵਿੱਚ ਪਹੁੰਚ ਗਏ ਤੇ ਆਪਣੇ ਸਾਹਨੇਵਾਲ ਚੌਂਕ ਗੀਤ ਨਾਲ ਹਰ ਪਾਸੇ ਛਾ ਗਏ। ਬਾਂਹ ਫੜ ਕੇ ਨੱਚਣ ਨੂੰ ਜੀ ਕਰਦਾ, ਕੀ ਕਰੀਏ ਨੱਚਣਾ ਆਉਂਦਾ ਨਹੀਂ, ਦਾਰੂ ਪੀ ਕੇ ਜੱਟ ਬੁੱਕ ਦੇ, ਮਾਰ ਦੇ ਗਲੀ 'ਚ ਲਲਕਾਰੇ ਵਰਗੇ ਗੀਤਾਂ ਨੇ
ਯੂਕੇ ਤੋਂ ਕੈਨੇਡਾ ਤੱਕ ਕਈ 뮤직 ਚਾਰਟਸ ਤੇ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ। ਬੜੇ ਹੀ ਉੱਚੇ ਸੁਰ ਚ ਗਾਣ ਵਾਲੇ ਕਾਕਾ ਭੈਣੀਆਂ ਵਾਲਾ ਦੀ ਜੌਂਡਿਸ ਤੇ ਲਿਵਰ ਫੇਲ ਹੋਣ ਕਾਰਨ ਜਾਨ ਚਲੀ ਗਈ। ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਵੀ ਕਿਸੇ ਕਲਾਕਾਰ ਨੂੰ ਛੋਟੇ ਜਿਹੇ ਕਰੀਅਰ ਵਿੱਚ ਹੀ ਸੁਪਰ ਸਟਾਰ ਦਾ ਦਰਜਾ ਮਿਲ ਜਾਏ, ਪਰ ਇਹ ਹੋਇਆ ਸੀ ਕੁਲਵਿੰਦਰ ਢਿੱਲੋਂ ਨਾਲ। ਕਚਹਿਰੀਆਂ ਚ ਮੇਲੇ ਲੱਗਦੇ, ਵੈਲੀ ਤੇ ਕਾਲਜ ਵਰਗੀਆਂ ਐਲਬਮਸ ਬਹੁਤ ਵੱਡੀਆਂ ਹਿੱਟ ਸਾਬਿਤ ਹੋਈਆਂ ਤੇ ਮੰਨਿਆ ਜਾਂਦਾ ਵੀ ਵੈਲੀ ਐਲਬਮ ਨੇ 400,000 ਕਾਪੀਆਂ ਦੀ ਸੇਲ ਕੀਤੀ, ਜੋ ਕਿ ਇੱਕ ਰਿਕਾਰਡ ਸੀ। ਸੁਨਹਿਰਾ ਦੌਰ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ ਤੇ 19 ਮਾਰਚ 2006 ਨੂੰ ਇੱਕ ਸ਼ੋਅ ਤੋਂ ਵਾਪਸ ਆਉਂਦੇ ਹੋਏ ਕੁਲਵਿੰਦਰ ਢਿੱਲੋਂ ਸਾਹਿਬ ਦਾ ਐਕਸੀਡੈਂਟ ਹੋ ਗਿਆ ਤੇ ਉਹ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਗਾਇਕ ਆਪਣੇ ਗੀਤਾਂ ਰਾਹੀਂ ਹਮੇਸ਼ਾ ਜ਼ਿੰਦਾ ਰਹਿੰਦਾ ਹੈ, ਇਹ ਗੱਲ ਬਿਲਕੁਲ ਸੱਚ ਜਿਹੀ ਜਾਪਦੀ ਹੈ ਜਦੋਂ ਵੀ ਅਸੀਂ ਨਹਿਰੋਂ ਪਾਰ ਬੰਗਲਾ ਵਰਗਾ ਕੋਈ ਗੀਤ ਸੁਣਦੇ ਹਾਂ। ਰੋਮੀ ਗਿੱਲ ਦੇ ਇਸ ਗੀਤ ਨੇ ਨਾ ਸਿਰਫ ਇੰਡੀਆ ਵਿੱਚ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਖੂਬ ਸ਼ੋਰ ਮਚਾਇਆ ਤੇ ਅੱਜ ਇੰਨੇ ਸਾਲਾਂ ਬਾਅਦ ਵੀ ਇਹ ਗੀਤ ਹਰ ਵਿਆਹ ਸ਼ਾਦੀ ਤੇ ਪਾਰਟੀ ਦੀ ਜਾਨ ਹੈ। ਧਰੁਵ ਤਾਰਾ, ਜੋਗਣ ਹੋ ਗਈਆਂ, ਤੇਰਾ ਕੋਈ ਕਸੂਰ ਨਾ ਨਾਰੇ, ਨਖਰਾ ਚੜੀ ਜਵਾਨੀ ਦਾ ਵਰਗੇ ਗੀਤਾਂ ਰਾਹੀਂ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਵਾਲੇ ਰੋਮੀ ਗਿੱਲ ਦੀ ਮਹਿਜ਼ 30 ਸਾਲ ਦੀ ਉਮਰ ਵਿੱਚ ਜਾਨ ਚਲੀ ਗਈ। ਰਿਕਾਰਡ ਵੀ ਬਣਾਇਆ। ਇੰਨਾ ਕਦੇ ਵੀ ਨਹੀਂ ਰੋਇਆ ਟੁੱਟੇ ਦਿਲ ਨਹੀਂ ਜੁੜਦੇ ਵਰਗੇ ਸੋਲੋ ਗੀਤ ਤੇ ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨਾਲ ਆਏ ਉਹਨਾਂ ਦੇ ਡੁਇਟ ਗੀਤਾਂ ਨੂੰ ਵੀ ਦਰਸ਼ਕਾਂ ਨੇ ਦਿਲ ਖੋਲ ਕੇ ਪਿਆਰ ਕੀਤਾ। ਕਿੰਗ ਆਫ ਪੰਜਾਬੀ ਸੈਡ ਸੌਂਗਸ ਮੰਨੇ ਜਾਣ ਵਾਲੇ ਧਰਮਪ੍ਰੀਤ ਦੀ ਜ਼ਿੰਦਗੀ ਦਾ ਅੰਤ ਇੰਨਾ ਸੈਡ ਹੋਏਗਾ ਇਹ ਕਿਸੇ ਨੇ ਨਹੀਂ ਸੀ ਸੋਚਿਆ। 8 ਜੂਨ 2015 ਨੂੰ ਉਹਨਾਂ ਨੇ ਖੁਦਕੁਸ਼ੀ ਕਰ ਲਈ। 80-90 ਦੇ ਦਸ਼ਕ ਵਿੱਚ ਦਿਲਸ਼ਾਦ ਅਖਤਰ ਨੂੰ ਪੰਜਾਬ ਦਾ ਬੈਸਟ ਪਲੇਬੈਕ ਸਿੰਗਰ ਮੰਨਿਆ ਜਾਂਦਾ ਸੀ। ਕਾਵਾਂ ਵੇ ਸੁਣ ਕਾਵਾਂ, ਕਿੱਥੇ ਮੱਲੀਆਂ ਨੇ ਸੱਜਣਾ ਨੇ ਥਾਵਾਂ, ਮਨ ਵਿੱਚ ਵਸਨੇ ਸੱਜਣਾ ਵੇ ਰਹਿਣੇ ਅੱਖੀਆਂ ਤੋਂ ਦੂਰ, ਕੁੰਡ ਕੱਢ ਲੈ ਪਤਲੀਏ ਨਾਰੇ ਨੀ ਸਹੁਰਿਆਂ ਦਾ ਪਿੰਡ ਆ ਗਿਆ, ਲਗਭਗ ਹਰ ਪੰਜਾਬੀ ਫਿਲਮ ਵਿੱਚ ਉਹਨਾਂ ਦਾ ਕੋਈ ਨਾ ਕੋਈ ਗੀਤ ਸੁਣਨ ਨੂੰ ਜ਼ਰੂਰ ਮਿਲਦਾ ਸੀ। ਪਰ 1995 ਦੀ ਉਸ ਕਾਲੀ ਰਾਤ ਨੇ ਮਹਿਜ਼ 29 ਸਾਲ ਦੀ ਉਮਰ ਵਿੱਚ ਦਿਲਸ਼ਾਦ ਅਖਤਰ ਨੂੰ ਸਾਡੇ ਤੋਂ ਖੋਲਿਆ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਦਾ ਫੰਕਸ਼ਨ ਲਾਉਂਦੇ ਹੋਏ ਇੱਕ DSP ਵੱਲੋਂ ਅਖਤਰ ਸਾਹਿਬ ਤੋਂ ਹੰਸਰਾਜ ਹੰਸ ਦਾ ਨੱਚੀ ਜੋ ਸਾਡੇ ਨਾਲ ਗੀਤ ਗਾਉਣ ਦੀ ਫਰਮਾਇਸ਼ ਕੀਤੀ ਗਈ। ਇੱਕ ਤਾਂ ਗੀਤ ਕਿਸੇ ਹੋਰ ਗਾਇਕ ਦਾ ਸੀ, ਉੱਤੋਂ ਪ੍ਰੋਗਰਾਮ ਖਤਮ ਹੋਣ ਦਾ ਟਾਈਮ ਹੋ ਗਿਆ ਸੀ, ਇਸ ਲਈ ਅਖਤਰ ਸਾਹਿਬ ਨੇ ਮਨਾ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਸ਼ਰਾਬ ਦੇ ਨਸ਼ੇ ਵਿੱਚ DSP ਨੇ ਆਪਣੇ ਬਾਡੀਗਾਰਡ ਦੀ AK-47 ਚੱਕੀ ਤੇ ਅਖਤਰ ਸਾਹਿਬ ਤੇ ਗੋਲੀਆਂ ਦਾਗ ਦਿੱਤੀਆਂ ਤੇ ਉਸੇ ਥਾਂ ਹੀ ਉਹਨਾਂ ਦੀ ਮੌਤ ਹੋ ਗਈ। ਆਜਾ ਮਾਹੀ ਆਜਾ ਮਾਹੀ ਆ ਸੋਹਣਿਆ, ਸ਼ੇਰਾਂ ਦੀ ਕੌਮ, ਪੰਜਾਬੀ, ਸਿੰਘ ਇਸ ਕਿੰਗ ਤੇ ਆਲੂ ਚਾਟ ਵਰਗੇ ਗੀਤਾਂ ਦੇ ਜ਼ਰੀਏ ਪੰਜਾਬੀ ਭੰਗੜਾ ਤੇ ਹਿਪ ਹੌਪ ਬੈਂਡ RDB ਨੇ ਜੋ ਵੈਸਟਰਨ ਜੋਨਰਸ ਵਿੱਚ ਟ੍ਰੈਡੀਸ਼ਨਲ ਪੰਜਾਬੀ ਬੀਟਸ ਤੇ ਵੋਕਲਸ ਦਾ ਤੜਕਾ ਲਾਇਆ, ਉਹ ਦਰਸ਼ਕਾਂ ਨੂੰ ਉਹਨਾਂ ਦਾ ਫੈਨ ਬਣਾ ਗਿਆ। ਇਸੇ ਬੈਂਡ ਦੇ ਸਿੰਗਰ ਤੇ ਮਿਊਜ਼ੀਸ਼ੀਅਨ ਕੁਲਦੀਪ ਰਲ AKA ਕੁਲੀ ਰਲ ਵਾਸ ਡਾਇਗਨੋਸਡ ਵਿਦ ਬ੍ਰੇਨ ਟਿਊਮਰ ਇਨ April 2011 ਤੇ ਸਾਲ 2012 ਵਿੱਚ ਮਹਿਜ਼ 35 ਸਾਲ ਦੀ ਉਮਰ ਵਿੱਚ ਉਹ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਨਮਸਤੇ ਲੰਡਨ ਤੋਂ ਲੈ ਕੇ ਦੇ ਦਨਾਦਨ ਤੱਕ ਕਈ ਬਾਲੀਵੁੱਡ ਫਿਲਮਾਂ ਵਿੱਚ ਸਾਨੂੰ ਕੁਲੀ ਰਲ ਦੇ ਗੀਤ ਸੁਣਨ ਨੂੰ ਮਿਲੇ। ਮੈਂ
ਨਛੱਤਰ ਛੱਤਾਂ ਦੀ ਬੁਲੰਦ ਆਵਾਜ਼ ਤੇ ਟੈਲੈਂਟ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਵੀ ਇੱਕ ਮੇਲੇ ਵਿੱਚ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਛੱਤਾ ਸਾਹਿਬ ਦੀ ਉੱਚੇ ਸੁਰ ਵਾਲੀ ਗਾਇਕੀ ਨੂੰ ਸੁਣਿਆ ਤੇ ਉਹ ਇੰਨੇ ਹੈਰਾਨ ਹੋਏ ਵੀ ਉਹਨਾਂ ਨੇ ਆਪਣੇ ਸੋਨੇ ਦੀ ਚੈਨ ਲਾ ਕੇ ਨਛੱਤਰ ਛੱਤਾਂ ਦੇ ਗਲ ਵਿੱਚ ਪਾ ਦਿੱਤੀ। ਵਿਰਾਸਤ ਵਿੱਚ ਮਿਲੀ ਗਾਇਕੀ ਨੂੰ ਛੱਤਾ ਸਾਹਿਬ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਸੰਭਾਲਿਆ ਤੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਹੀ 16 ਐਲਬਮਸ ਕੱਢ ਦਿੱਤੀਆਂ। ਉਹਨਾਂ ਦਾ ਰੁੱਤ ਪਿਆਰ ਦੀ ਤੇ ਮੰਦੜੇ ਬੋਲ ਨਾ ਬੋਲਵੇ ਸੱਜਣਾ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹੈ। 7 ਮਈ 1992 ਨੂੰ ਮਹਿਜ 32 ਸਾਲ ਦੀ ਉਮਰ ਵਿੱਚ ਉਹ ਇਸ ਸੰਸਾਰ ਤੋਂ ਚਲਾਨਾ ਕਰ ਗਏ। ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਉੱਠੇ ਗਾਇਕ ਗੁੱਜਰ ਰਾਜਸਥਾਨੀ ਨੂੰ ਆਪਣੇ ਸਮਿਆਂ ਵਿੱਚ ਸੈਡ ਸੌਂਗਸ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ। ਰੀਬਣਾ ਵਾਲੀ, ਅੱਖੀਆਂ ਚ ਤੂੰ ਦਿਸਦੀ, ਮੰਗਣੀ ਕਰਾਲੀ, ਚੋਰੀ ਚੋਰੀ, ਧੰਨਵਾਦ ਵਿਚੋਲੇ ਦਾ ਵਰਗੀਆਂ ਐਲਬਮਸ ਨੇ ਕਈ ਰਿਕਾਰਡ ਬਣਾਏ। ਲਾਈਵ ਸ਼ੋਜ਼ ਤੇ ਅਖਾੜਿਆਂ ਵਿੱਚ ਉਹਨਾਂ ਦੀ ਪੋਪੂਲੈਰਿਟੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਵੀ 3-3 ਮਹੀਨਿਆਂ ਤੱਕ ਉਹਨਾਂ ਦੇ ਸਾਜੀਆਂ ਨੂੰ ਗੱਡੀਆਂ ਚੋਂ ਸਾਜ ਕੱਢਣ ਦਾ ਟਾਈਮ ਨਹੀਂ ਸੀ ਮਿਲਦਾ। 14 ਦਸੰਬਰ 1999 ਨੂੰ ਮਹਿਜ 38 ਸਾਲ ਦੀ ਉਮਰ ਵਿੱਚ ਉਹ ਦਿਲ ਦਾ ਦੌਰਾ ਪੈਣ ਕਾਰਨ ਇਸ ਸੰਸਾਰ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਮੁਝੇ ਯਾਦ ਨਾ ਮੇਰੀ ਆਈ ਕਿਸੀ ਸੇ ਅਬ ਕਿਆ ਕਹਿਣਾ, ਕੁਛ ਕੁਛ ਹੋਤਾ ਹੈ ਫਿਲਮ ਦੇ ਇਸ ਬੜੇ ਹੀ ਮਸ਼ਹੂਰ ਗੀਤ ਨੂੰ ਆਵਾਜ਼ ਦੇਣ ਵਾਲੀ ਉਸਤਾਦ ਕੀੜੇ ਖਾਂ ਸ਼ੌਕੀਨ ਦੀ ਸਪੁੱਤਰੀ ਤੇ ਦਿਲਸ਼ਾਦ ਅਖਤਰ ਦੀ ਭੈਣ ਮਨਪ੍ਰੀਤ ਅਖਤਰ ਨੇ ਪੰਜਾਬੀ ਲੋਕ ਗਾਇਕੀ ਨੂੰ ਨਵੇਂ ਮੁਕਾਮ ਤੇ ਪਹੁੰਚਾਇਆ। ਬਸ ਇੱਕ ਗੇੜਾ ਗਿੱਧੇ ਵਿੱਚ ਬੇਰੀਏ ਨੀ, ਨਿਕੜੀ ਸੂਈ, ਵਟਵਾਂ ਧਾਗਾ ਵਰਗੇ ਲੋਕ ਗੀਤ ਗਾਉਣ ਵਾਲੀ ਮਨਪ੍ਰੀਤ ਅਖਤਰ ਦੀ ਬ੍ਰੇਨ ਹੈਮਰੇਜ ਤੇ ਦਿਲ ਦਾ ਦੌਰਾ ਪੈਣ ਕਾਰਨ ਸਾਲ 2016 ਵਿੱਚ ਮੌਤ ਹੋ ਗਈ। ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ, ਕਾਤੋਂ ਜਿਪਸੀ ਦੇ ਉੱਤੇ ਲਿਖਵਾਇਆ ਮੇਰਾ ਨਾਮ, ਕਾਤੋਂ ਛੱਡ ਗਈ ਪੜ੍ਹਾਈਆਂ ਮਰ ਜਾਣੀਏ, ਬੇਬੇ ਕਹਿੰਦੀ ਘਰੇ ਬਹਿ ਕੇ ਕੱਢ ਚਾਦਰਾਂ, ਦਿਓਰਾ ਵੇ ਕੋਈ ਕੀ ਜਾਣੇ ਸਿਰਨਾਵੇ ਪਰੀਆਂ ਦੇ ਵਰਗੇ ਮਨਿੰਦਰ ਮੰਗਾ ਦੇ ਗੀਤ ਡੂਇਟ ਗੀਤਾਂ ਦੇ ਉਸ ਗੋਲਡਨ ਟਾਈਮ ਵਿੱਚ ਟਰੈਕਟਰਾਂ ਤੋਂ ਲੈ ਕੇ ਟਰੱਕਾਂ ਤੱਕ ਖੂਬ ਵੱਜੇ। ਮਨਿੰਦਰ ਮੰਗਾ ਨੇ ਸੁਦੇਸ਼ ਕੁਮਾਰੀ ਤੇ ਪ੍ਰਵੀਨ ਪਾਟਾ ਨਾਲ ਮਿਲ ਕੇ ਹਿੱਟ ਗੀਤਾਂ ਦੀ ਝੜੀ ਜੀ ਲਾ ਦਿੱਤੀ ਸੀ। ਯਮੁਨਾਨਗਰ ਹਰਿਆਣਾ ਦੇ ਜੰਪਲ ਮਨਿੰਦਰ ਮੰਗਾ ਨੇ ਲਿਵਰ ਇਨਫੈਕਸ਼ਨ ਤੋਂ ਜੂਝਦੇ ਹੋਏ 19 ਫਰਵਰੀ 2019 ਨੂੰ ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਦਮ ਤੋੜਿਆ। ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਧਰਮ ਪਤਨੀ ਅਮਰਜੋਤ ਕੌਰ ਭਾਵੇਂ ਆਪਣੇ ਟਾਈਮ ਦੇ ਕੰਟਰੋਵਰਸ਼ੀਅਲ ਫਿਗਰ ਸੀ, ਪਰ ਇਸ ਗੱਲ ਤੋਂ ਕੋਈ ਵੀ ਬੰਦਾ ਇਨਕਾਰ ਨਹੀਂ ਕਰ ਸਕਦਾ ਕਿ ਉਹਨਾਂ ਦੀ ਪੋਪੂਲੈਰਿਟੀ ਦਾ ਗ੍ਰਾਫ ਵੀ ਸਿਖਰਾਂ ਤੇ ਸੀ ਤੇ ਉਸੇ ਦਾ ਨਤੀਜਾ ਸੀ ਕਿ ਉਹਨਾਂ ਨੂੰ ਇੱਕ ਅਖਾੜੇ ਲਈ 4,000 ਦੀ ਮੋਟੀ ਰਕਮ ਮਿਲਦੀ ਸੀ, ਜੋ ਕਿ ਉਸ ਟਾਈਮ ਕਿਸੇ ਵੀ ਗਾਇਕ ਦੇ ਪ੍ਰਾਈਜ਼ ਨਾਲੋਂ ਬਹੁਤ ਜ਼ਿਆਦਾ ਸੀ। ਤੇ ਇਸ ਗਾਇਕ ਜੋੜੀ ਦਾ ਅਖਾੜਾ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ ਹੁੰਦਾ, ਜਿਸ ਵਿੱਚ ਉਹਨਾਂ ਨੂੰ ਸੁਣਨ ਵਾਲਿਆਂ ਦਾ ਪੂਰਾ ਸੈਲਾਬ ਆਉਂਦਾ ਸੀ। ਏਦਾਂ ਹੀ ਇੱਕ ਵਾਰ ਮਹਿਸਮਪੁਰ ਵਿਖੇ ਉਹ ਇੱਕ ਅਖਾੜਾ ਲਾ ਰਹੇ ਸੀ, ਜਿੱਥੇ ਕੁਝ ਮੋਟਰਸਾਈਕਲ ਸਵਾਰ ਆਏ ਤੇ ਉਹਨਾਂ ਨੇ ਇਸ ਗਾਇਕ ਜੋੜੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਫਾਇਰਿੰਗ ਦੇ ਪਿੱਛੇ ਦਾ ਕਾਰਨ ਅੱਜ ਇੰਨੇ ਸਾਲ ਬਾਅਦ ਵੀ ਇੱਕ ਰਾਜ਼ ਹੀ ਹੈ। ਉਮੀਦ ਕਰਨੇ ਆ ਵੀ ਵੀਡੀਓ ਨੂੰ ਵੇਖ ਕੇ ਤੁਹਾਡੀਆਂ ਪੁਰਾਣੀਆਂ ਯਾਦਾਂ ਜ਼ਰੂਰ ਤਾਜ਼ਾ ਹੋ ਗਈਆਂ ਹੋਣਗੀਆਂ। ਜੇ ਹੋ ਗਈਆਂ ਨੇ ਤੇ ਸਬਸਕ੍ਰਾਈਬ ਬਟਨ ਤੋਂ ਇਲਾਵਾ ਬੈਲ ਆਈਕਨ ਜ਼ਰੂਰ ਦੱਬ ਦਿਓ, ਤੇ ਜੇ ਤੁਸੀਂ ਕਿਸੇ ਖਾਸ ਵਿਸ਼ੇ ਤੇ ਵੀਡੀਓ ਵੇਖਣਾ ਚਾਹੁੰਦੇ ਹੋ ਤੇ ਉਹ ਵਿਸ਼ੇ ਦਾ ਨਾਮ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਿਓ।